ਜੀ ਅਸਲਾਮ ਵਾਲੇਕਮ ਦੋਸਤੋ ਨਾਰਵਾਲ ਤੋਂ ਚੱਕਮਰੂ ਟ੍ਰੈਕ ਬਹਾਲ ਕਰਨ ਦਾ ਫੈਸਲਾ ਹੋ ਗਿਆ ਹੈ ਔਰ ਇਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਜੀ ਹਾਂ ਇੱਕ ਬੜੀ ਖੁਸ਼ਖਬਰੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਨਾਰਵਾਲ ਤੋਂ ਚੱਕਮਰੂ ਜਿਹੜਾ ਟ੍ਰੈਕ ਹੈ ਟ੍ਰੇਨ ਸਰਵਿਸ ਹੈ ਉਹ ਕੋਈ 25 ਸਾਲ ਤੋਂ ਬੰਦ ਦੇ ਉਹਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਇਹ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਇਹ ਲਾਹੌਰ ਤੋਂ ਚੀਫ ਇੰਜੀਨੀਅਰ ਇਰਫਾਨੁਲ ਹਕ ਇੱਥੇ ਆਏ ਨੇ ਸਰਵੇ ਕਰਨ ਫਿਲਹਾਲ ਨਾਰੋਵਾਲ ਤੋਂ ਕਰਤਾਰਪੁਰ ਸਾਹਿਬ ਜਿਹੜਾ ਸਟੇਸ਼ਨ ਹੈ ਦਰਵਾਜ਼ਾ ਸਾਹਿਬ ਕਰਤਾਰਪੁਰ ਉੱਥੋਂ ਤੱਕ ਕੀਤਾ ਜਾਏਗਾ ਤੇ ਇਹਨੂੰ ਕੀਤਾ ਜਾਏਗਾ ਬਹਾਲ ਇਹਦਾ ਤਖਮੀਨਾ ਲਗਾਉਣ ਵਾਸਤੇ ਇਹ ਠੇਲੇ ਦੇ ਉੱਤੇ ਜਿਹੜੇ ਚੀਫ ਇੰਜੀਨੀਅਰ ਤੇ ਦੂਜੇ ਜਿਹੜੇ ਰੇਲਵੇ ਦੇ ਅਮਲਾ ਉਹ ਸਫ਼ਰ ਕਰਨ ਲੱਗਾ ਹੈ ਜਿਹੜੇ ਕਿ ਜਾਣਗੇ ਪਹਿਲੇ ਮرحله ਦੇ ਵਿੱਚ ਨਾਰੋਵਾਲ ਤੋਂ ਕਰਤਾਰਪੁਰ ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਹੈਗਾ ਨਾ ਮرحله ਆ ਸ਼ੁਰੂ ਹੋਏਗਾ ਕਰਤਾਰਪੁਰ ਸਾਹਿਬ ਤੋਂ ਚੱਕਮਰੂ ਜਿਹੜਾ ਕਿ ਪਾਕਿਸਤਾਨ ਦਾ ਆਖਰੀ ਰੇਲਵੇ ਸਟੇਸ਼ਨ ਹੈ ਤੇ ਇਹ ਹੈ ਜਨਾਬ ਬੜੀ ਅੱਛੀ ਖਬਰ ਹੈ ਇਹਦੇ ਤੇ ਕੰਮ ਸ਼ੁਰੂ ਹੋਣ ਲੱਗਾ ਹੈ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਤੇ ਹੁਣ ਇਹਦੇ ਵਾਸਤੇ ਐਸਟੀਮੇਟ ਲਾ ਕੇ ਪੈਸੇ ਆਣਗੇ ਤੇ ਪਹਿਲੇ ਮرحله ਦੇ ਵਿੱਚ ਜਿਹੜਾ ਨਾ ਇਹ ਇਸ ਸੈਕਸ਼ਨ ਨੂੰ ਜਿਹੜਾ ਨਾ ਬਹਾਲ ਕੀਤਾ ਜਾ ਰਿਹਾ ਇਹ ਬੜਾ ਹੀ ਮਸਰੂਫ ਰੋਡ ਹੁੰਦਾ ਸੀ ਕਿਉਂਕਿ ਸ਼ਕਰਗੜ ਤੋਂ ਅੱਗੇ ਚੱਕਮਰੂ ਹੈ ਇਹਦੇ ਤੇ ਕੋਈ ਐਡੀ ਕੋ ਟ੍ਰਾਂਸਪੋਰਟ ਪਹਿਲੇ ਨਹੀਂ ਸੀ ਹੁੰਦੀ ਔਰ ਟ੍ਰੇਨ ਹੀ ਵਾਹ ਜ਼ਰੀਆ ਹੁੰਦਾ ਸੀ ਜਿਹਦੇ ਨਾਲ ਲੋਕੀ ਸਫ਼ਰ ਕਰਦੇ ਸਨ ਦੋਸਤੋ ਇੱਕ ਚੀਜ਼ ਮੈਂ ਐਡ ਕਰਦਾ ਕਿ ਨਾਰੋਵਾਲ ਤੋਂ ਜਦੋਂ ਤੁਸੀਂ ਚੱਕਮਰੂ ਸੈਕਸ਼ਨ ਤੇ ਜਾਂਦੇ ਹੋ ਤੇ ਪਹਿਲਾ ਸਟੇਸ਼ਨ ਜਸੜ ਆਂਦਾ ਜਸੜ ਬੜਾ ਕਿ ਤਾਰੀਖੀ ਸਟੇਸ਼ਨ ਹੈ ਮੈਂ ਜਸੜ ਸਟੇਸ਼ਨ ਦੀ ਵੀ ਵੀਡੀਓ ਬਣਾਈ ਹੈ ਇਸ ਚੈਨਲ ਤੇ ਪਾਈ ਹੈ ਕਿ ਉੱਥੇ ਵੀ ਕਿਹਾ ਮੈਂ ਪਾਕਿਸਤਾਨ ਤੋਂ ਪਹਿਲਾ ਜਿਹੜੀ ਨਾ ਉਹ ਟ੍ਰੇਨ ਜਾਂਦੀ ਨਾ ਜਸੜ ਸਟੇਸ਼ਨ ਤੋਂ ਇੰਡੀਆ ਵਾਲੇ ਸਾਈਡ ਤੇ ਜਾਂਦੀ ਹੁੰਦੀ ਸੀ ਯਾਨੀ ਕਿ ਡੇਰਾ ਬਾਬਾ ਨਾਨਕ ਸਟੇਸ਼ਨ ਹੈ ਇੰਡੀਆ ਭਾਰਤੀ ਪੰਜਾਬ ਦਾ ਉਹ ਤਰਨੁ ਜਾਂਦੀ ਹੁੰਦੀ ਸੀ ਟ੍ਰੇਨ ਜਿਹੜੀ ਕਿ ਜੂਹੀ ਵੰਡ ਹੋਈ ਤੇ ਟ੍ਰੇਨ ਜਿਹੜੀ ਨਾ ਬੰਦ ਹੋ ਗਈ ਜਸੜ ਤੋਂ ਇੰਡੀਆ ਵਾਲੀ ਲੇਕਿਨ ਬਾਕੀ ਜਿਹੜੀ ਚੱਕ ਅਮਰੂਦ ਟ੍ਰੇਨ ਜਾਂਦੀ ਹੈ ਉਹ ਜਾਰੀ ਰਹੀ ਉਹ 2000 ਤੱਕ ਤਕਰੀਬਨ ਜਿਹੜਾ ਨਾ ਉਹਦੇ ਕੋਈ ਨਾ ਕੋਈ ਟ੍ਰੇਨ ਚੱਲਦੀ ਰਹੀ ਹਫਤਾਵਾਰ ਕਮਸ ਕਮ ਇੱਕ ਟ੍ਰੇਨ ਚੱਲਦੀ ਰਹੀ ਕਿ ਟਰੈਕ ਬਹਾਰ ਰੇ ਤੇ ਫਿਰ ਉਸ ਤੋਂ ਬਾਅਦ ਉਹ ਵੀ ਟ੍ਰੇਨ ਖਤਮ ਹੋ ਗਈ ਤੇ 2 ਸਾਲ ਪਹਿਲੇ ਸ਼ੇਖ ਰਸ਼ੀਦ ਜਿਹੜੀ ਕਿ ਉਸ ਵਕਤ ਵਜ਼ੀਰ ਰੇਲਵੇ ਸਨ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਟਰੈਕ ਜਿਹੜਾ ਨਾ ਕਤਾਲਪੁਰ ਸਾਹਿਬ ਇੱਕ ਉਹ ਯਾਤਰੀ ਆਂਦੇ ਨੇ ਦੋਕ ਜਾਂਦੇ ਨੇ ਬਾਬਾ ਜੀ ਦੇ ਤੇ ਬਾਬਾ ਜੀ ਗੁਰੂ ਨਾਨਕ ਗੁਰਦੁਆਰਾ ਤੇ ਉਹਨਾਂ ਵਾਸਤੇ ਉਹਨਾਂ ਦੀ ਸਹੂਲਤ ਵਾਸਤੇ ਟਰੈਕ ਬਹਾਲ ਕੀਤਾ ਜਾਏਗਾ। ਲਿਹਾਜ਼ਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਮਤਲਬ ਕਿ ਉਹ ਹੁਣ ਉੱਥੇ ਕੰਮ ਸ਼ੁਰੂ ਹੋਣ ਵਾਲਾ ਹੈ। ਤੇ ਇਹਦੇ ਨਾਲ ਜਨਾਬ ਜਿੰਨੇ ਵੀ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਇੱਕ ਅੱਛਾ ਇੱਕ ਟਰਾਂਸਪੋਰਟ ਦਾ ਮੌਕਾ ਮਿਲੇਗਾ ਕਿ ਉਹਦੇ ਤੇ ਵੀ ਸਫ਼ਰ ਕਰ ਸਕਣਗੇ ਤੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਉਹ ਇਸ ਸੈਕਸ਼ਨ ਤੋਂ ਸਫਰ ਕਰਕੇ ਇੱਕ ਵਾਰੀ ਫੇਰ ਜਾ ਸਕਣਗੇ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਮੌਕੇ ਦੇ ਉੱਤੇ ਚੀਫ ਇੰਜੀਨੀਅਰ ਇਰਫਾਨ ਉਲ ਹਕ ਨੇ ਜਦੋਂ ਸਰਵੇ ਕੀਤਾ ਤੇ ਉਹਨਾਂ ਨੇ ਫਿਰ ਵੇਖਿਆ ਕਿ ਟਰੈਕ ਬਿਲਕੁਲ ਮੁਕੰਮਲ ਤੌਰ ਤੇ ਤਬਾਹ ਹੋ ਚੁੱਕਿਆ ਹੈ ਯਾਨੀ ਇਸ ਕਾਬਲ ਨਹੀਂ ਹੈਗਾ ਕਿ ਇਹਦੇ ਉੱਤੇ ਜਿਹੜਾ ਨਾ ਇਹਦੇ ਤੋਂ ਮਾਮੂਲੀ ਰਕਮ ਲਾ ਕੇ ਇਹਨੂੰ ਬਹਾਲ ਕੀਤਾ ਜਾਏ ਇਹ ਤਕਰੀਬਨ ਸਾਰਾ ਜਿਹੜਾ ਨਾ ਇਹ ਸਹੀ ਹੋਏਗਾ ਕਿਉਂਕਿ ਉਹ ਜਿਹੜਾ ਠੇਲੇ ਤੇ ਸਫਰ ਕਰਦੇ ਸਨ ਉਹ ਵੀ ਕਈ ਵਾਰੀ ਡਿੱਗਦੀ ਡਿੱਗਦੀ ਬਚੀ ਹੈ ਥੱਲੇ ਪਲੇਟਾਂ ਗਾਇਬ ਹੋ ਚੁਕੀਆਂ ਨੇ ਗਾਰਡਨ ਨੇ ਬਾਲੇ ਜਿਹੜੇ ਹੁੰਦੇ ਥੱਲੇ ਉਹ ਹੈ ਨਹੀਂ ਅਕਸਰ ਦੇ ਵਿੱਚ ਟਰੈਕ ਦੇ ਉੱਤੇ ਮਿੱਟੀ ਛੜ ਚੁਕੀ ਹੈ ਯਾਨੀ ਕਿ ਟਰੈਕ ਬਾਜ਼ ਇਲਾਕਿਆਂ 'ਚ ਗਾਇਬ ਹੈ ਯਾਨੀ ਟਰੈਕ ਥੱਲੇ ਹੈ ਲੇਕਿਨ ਉੱਤੇ ਮਿੱਟੀ ਆ ਚੁਕੀ ਹੈ لہذا ਉੱਥੋਂ ਵੀ ਥੇਲਾ ਨਹੀਂ ਸੀ ਚੱਲਿਆ ਤੇ ਜਨਾਬ ਇਹ ਦੇਖੋ ਤੁਸੀਂ ਦੋਸਤੋ ਟ੍ਰੇਨਾਂ ਪਾਕਿਸਤਾਨ ਦੇ ਵਿੱਚ ਬਹੁਤ ਹੱਦ ਤੱਕ ਜਿਹੜੀਆਂ ਨੂੰ ਘੱਟ ਕੰਮ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਥੋੜੀਆਂ ਚੱਲ ਰਹੀਆਂ ਨੇ ਸਟੇਸ਼ਨ ਜਿਹੜੇ ਸਨ ਅੰਗਰੇਜ਼ਾਂ ਦੌਰ ਤੇ ਬਣਾਏ ਉਹ ਆ ਹਿਸਾ ਹਿਸਾ ਖਤਮ ਹੋਣੇ ਸ਼ੁਰੂ ਹੋ ਗਏ ਨੇ ਛੋਟੇ-ਮੋਟੇ ਸਟੇਸ਼ਨ ਦੇ ਵੈਸੇ ਹੀ ਖਤਮ ਹੋ ਗਏ ਨੇ ਯਾਨੀ ਉਹਨਾਂ ਦੀਆਂ ਬਿਲਡਿੰਗਾਂ ਵੀ ਢਾਹਤੀਆਂ ਗਈਆਂ ਨੇ ਤੇ ਕੁਝ ਐਸੀ ਟਰੈਕਸ ਨੇ ਜਿਹੜੇ ਕਿ ਹਲੇ ਬਜੇ ਹੋਏ ਨੇ ਜਿਸ ਤਰ੍ਹਾਂ ਕਿ ਨਰੋਵਾਲ ਤੋਂ ਇੱਕ ਟਰੈਕ ਜੰਮੂ ਨੂੰ ਜਾਂਦਾ ਹੁੰਦਾ ਸੀ ਉਹ ਟਰੈਕ ਅਜੇ ਵੀ ਮੌਜੂਦ ਤੇ ਟਾਂਚਾ ਨਵਾ ਜਿਹੜੀ ਬਿਲਡਿੰਗ ਜਿਹੜੇ ਕੋਈ ਪੁਰਾਣੇ ਸਟੇਸ਼ਨ ਨੇ ਉਹ ਵੀ ਹੈ ਨੇ ਲੇਕਿਨ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਨਰੋਵਾਲ ਤੋਂ ਚਾਕਾਂਬੁਰੂ ਟਰੈਕ ਇਹਦੇ ਤੇ ਜਾ ਕੇ ਅੱਗੇ ਜਿਹੜਾ ਨਾ ਜਸਰ ਸਟੇਸ਼ਨ ਤੇ ਫਿਰ ਬਾਬਾ ਜਿਹੜਾ ਸੌਰੀ ਜਿਹੜਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਰੇਲ ਸਟੇਸ਼ਨ ਉੱਧੇ ਤੁਸੀਂ ਮੁਨਾਜ਼ਰ ਦੇਖ ਰਹੇ ਹੋ ਉਧਰ ਨੂੰ ਜਿਹੜੀ ਟਰੈਕ ਜਾਂਦਾ ਇਹ ਦੇਖੋ ਤੁਸੀਂ ਕਿੰਨਾ ਤਬਾਹ ਹੋ ਚੁੱਕਿਆ ਟਰੈਕ ਇੱਥੇੋਂ ਟ੍ਰੇਨ ਨਹੀਂ ਚੱਲੀ ਅਰਸਾ ਦਰਾਜ਼ ਤੋਂ ਤੇ ਟਰੈਕ ਦੀ ਤੁਸੀਂ ਹਾਲਤ ਵੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਇਸ ਵੀਡੀਓ ਦੇ ਵਿੱਚ ਕਿ ਕਿਸ ਕਦਰ ਤਬਾਹਾਲ ਹੋ ਚੁੱਕੀਆਂ ਨੇ ਚੀਜ਼ਾਂ ਇਹ ਜਨਾਬ ਠੇਲਾ ਜਾ ਰਿਹਾ ਹੈ ਨਾਰੋਵਾਲ ਜੰਕਸ਼ਨ ਤੋਂ ਚੱਕ ਅੰਮਰੂ ਵਾਲੀ ਸਾਈਡ ਤੇ ਨਾਰੋਵਾਲ ਜੰਕਸ਼ਨ ਤੋਂ ਇੱਕ ਲੈਂ ਲਾਹੌਰ ਨੂੰ ਚੱਲੀ ਜਾਂਦੀ ਹੈ ਸ਼ਾਦਰਾ ਬਾਗ ਨੂੰ ਦੂਸਰੀ ਜਿਹੜੀ ਇਹ ਉਹ ਸਿਆਲਕੋਟ ਵਜ਼ੀਰਾਬਾਦ ਨੂੰ ਔਰ ਇਹ ਜਿਹੜਾ ਟਰੈਕ ਸੀ ਜੰਕਸ਼ਨ ਇਹ ਜਾਂਦਾ ਸੀ ਚੱਕ ਅਮਰੂਨ ਤੇ ਇਹ ਸਰਵੇ ਹੋ ਰਿਹਾ ਜਨਾਬ ਤੇ ਇਹ ਅੱਗੇ ਫਾਟਕ ਆ ਜਾਂਦਾ ਜਿਹੜਾ ਸਿਟੀ ਹੈ ਸ਼ਹਿਰ ਦਾ ਫਾਟਕ ਹੈ ਤੇ ਇਹ ਸ਼ਕਰਗੜ ਚੱਕ ਅਮਰੂਰ ਜਿਹੜਾ ਸੈਕਸ਼ਨ ਹੈ ਨਾ ਇਹ ਉਹਦੇ ਤੇ ਵੀ ਤੁਹਾਨੂੰ ਫੁੱਲੀ ਦਿਖਾ ਰਹੇ ਐ ਜਨਾਬ ਠੇਲਾ ਜਾ ਰਿਹਾ ਨਾਰੋਵਾਲ ਜੰਕਸ਼ਨ ਤੋਂ ਚੱਕ ਅੰਬਰੂ ਵਾਲੀ ਸਾਈਡ ਤੇ ਨਾਰੋਵਾਲ ਜੰਕਸ਼ਨ ਤੋਂ ਇੱਕ ਲੈਨ ਲਾਹੌਰ ਨੂੰ ਚਲੀ ਜਾਂਦੀ ਏ ਸ਼ਾਦਰਾਬਾਗ ਨੂੰ ਦੂਸਰੀ ਜਿਹੜੀ ਓ ਸਿਆਲਕੋਟ ਵਜ਼ੀਰਾਬਾਦ ਨੂੰ ਔਰ ਇਹ ਜਿਹੜਾ ਟਰੈਕ ਸੀ ਜੰਕਸ਼ਨ ਇਹ ਜਾਂਦਾ ਸੀ ਚੱਕ ਅੰਬਰੂਨ ਤੇ ਐ ਸਰਵੇ ਹੋ ਰਿਹਾ ਜਨਾਬ ਤੇ ਇਹ ਅੱਗੇ ਫਾਟਕ ਆ ਜਾਂਦਾ ਜਿਹੜਾ ਸਿਟੀ ਏ ਸ਼ਹਿਰ ਦਾ ਫਾਟਕ ਏ ਤੇ ਇਹ ਸ਼ਕਰਗੜ ਚੱਕ ਅੰਬਰੂ ਜਿਹੜਾ ਸੈਕਸ਼ਨ ਹੈ ਨਾ ਇਹ ਉਹਦੇ ਤੇ ਵੀ ਤੁਹਾਨੂੰ ਫੁੱਲੀ ਦਿਖਾ ਰਿਹਾ